असी ये कानून जड़े वापस करा के जावांगे, असी इत्थे बैठे हाँ, असी ऐ नहीं जावांगे। जो बजुर्ग किसान साढ़े इत्थे पहुंचे इस धरने नूं सेध दित्ती इस मोदी सरकार दा हंकार तोड़न वास्ते, हुण जदों असी वेख्या किसान वड्डी गिणती विच निकल के आ रहे हैं तां रहिण दी व्यवस्था दी कमी बहुत वड्डे पद्धर ते आ रही है। उहदे नाल असी 500 दा रहिण बसेरा असी पिछे नाम वी देखिया होगा किसान रहिण बसेरा बनाया, 500 बंदियां दी व्यवस्था करी है लेडीज वास्ते, खास कर करोना दी महामारी चल रही है फिर भी बजुर्ग किसान अपने जान तली ते धर के सरकार नूं सब सिखाउण वास्ते आया, अपनी होंद नूं बचाउण वास्ते आया। जे जो पंजाब दे नौजवान हमेशा अपना हक लैणा जानते हैं, ना असी इहदा कदे हक छड्डिया ना ही किसी का हक मारिया। लगातार दिल्ली दी बरूहां दे उपर किसान लगातार धरना दे रहे ने, काफ़ी दिनों तो जो किसान ने खेती कानूनों नूं लैके दिल्ली दे सड़कां दे धरना दे रहे ने, उत्थे ही वख-वख तरीके नाल दिल्ली दे लोकां वल्लों किसानां दी सेवा कीती जा रही। गल करिए किसी तरीके ऑर्गेनिक तरीके जी चाह का लंगर उत्थे ही नौजवानों वालों वड्डा उपराला किया गया, सरदार जी जिया वालों जिहड़ा कॉफ़ी का लंगर लगाया गया, तस्वीर ने जिहड़े तुहाडे सामने देख सकते हो किस तरीके जिहड़ा संगत नूं किसानां नूं कॉफ़ी वरताई जा रही है, वक्खरे ढंग नाल जिहड़े अलग अलग तरीके नाल लंगर लगाए जा, मैं तस्वीरां तुहानूं दिखा रहा हां किस तरीके नाल जिहड़ी कॉफ़ी है वह तैयार करके किसानां नूं दित्ती जा रही है। तस्वीर ने मैं मेरे दोस्त नूं चाहूँगा कि अगे दिखाउण कि किस तरीके नाल इन्हां वालों कॉफ़ी तैयार करके जिहड़ी किसानां नूं दित्ती जा रही है, लंगर लगाए जा रहे, लगातार जिहड़ी कॉफ़ी है वह तैयार की है। गलबात कर लैंदे हां असीं ਸਾਡੇ ਨਾਲ ਮੌਜੂਦ ਨੇ ਇੱਥੇ ਜੀ, ਕੀ ਨਾਮ ਤੁਹਾਡਾ? ਮੇਰਾ ਨਾਮ ਸੁਖਮਨ ਸਿੰਘ ਹੈ ਜੀ। ਸੁਖਮਨ ਜੀ, ਕਦੋਂ ਤੋਂ ਇਹ ਜਿਹੜਾ ਸਿਸਟਮ ਹੈ ਤੁਹਾਨੂੰ ਸ਼ੁਰੂ ਕੀਤਾ? ਬੇਸਿਕਲੀ ਸਾਡਾ ਨਾਲ ਹੀ ਤੁਸੀਂ ਦੇਖ ਸਕਦੇ ਹੋ ਟੈਂਟ ਲੱਗਿਆ ਹੈ ਨੌਜਵਾਨ ਕਿਸਾਨ ਸਹਾਇਤਾ ਕੇਂਦਰ ਦੇ ਨਾਮ 'ਤੇ, ਅਤੇ ਅਸੀਂ ਇਹਦੇ ਵਿੱਚ ਪਹਿਲਾਂ ਤਾਂ ਬੇਸਿਕਲੀ ਜਿਹੜੀ ਬੇਸਿਕ ਮੈਡੀਸਿਨ ਅਸੀਂ ਪ੍ਰੋਵਾਈਡ ਕਰਵਾ ਰਹੇ ਹਾਂ ਫਾਰਮਰਸ ਨੂੰ, ਉਹਦੇ ਨਾਲ ਨਾਲ ਸਾਡਾ ਇੱਥੇ ਮੂੰਗਫਲੀ ਛੋਲੇ ਗੁੜ ਦਾ ਲੰਗਰ ਚੱਲਦਾ ਸੀਗਾ, ਅਤੇ ਫਿਰ ਅਸੀਂ ਇੱਕ ਸ਼ੈਲਟਰ ਵੀ ਬਣਾਇਆ ਪਿੱਛੇ 300-400 ਦਾ ਰਹਿਣ ਦਾ ਅਰੇਂਜਮੈਂਟ ਅਸੀਂ ਕੀਤਾ 300-400 ਦੇ, ਅਤੇ ਫਿਰ ਅੱਜ ਤੋਂ ਅਸੀਂ ਕੌਫੀ ਦਾ ਲੰਗਰ ਵੀ ਸਟਾਰਟ ਕੀਤਾ ਹੈ। ਆਪਣੇ ਬ੍ਰਦਰ ਨੇ ਜੀ, ਤੁਸੀਂ ਦੇਖ ਸਕਦੇ ਹੋ ਸਰਦਾਰ ਜੀ ਬਖਸ਼ ਕੌਫੀ ਆਪਣੇ ਦਿੱਲੀ ਤੋਂ ਹੀ ਨੇ ਮੇਰੇ ਬ੍ਰਦਰ ਨੇ, ਉਹਨਾਂ ਨਾਲ ਰਲ ਕੇ ਆਪਾਂ ਅੱਜ ਕੌਫੀ ਦਾ ਲੰਗਰ। ਕਿੱਦਾਂ ਲੱਗਿਆ ਵੀ ਤੁਹਾਨੂੰ ਵੀ ਇੱਥੇ ਲੋੜ ਹੈ ਇਸ ਚੀਜ਼ ਦੀ ਵੀ ਜ਼ਰੂਰੀ ਹੈ ਕੌਫੀ? ਦੇਖੋ ਜ਼ਰੂਰੀ ਤਾਂ ਜ਼ਰੂਰਤ ਦੀ ਗੱਲ ਕਰੀਏ ਤਾਂ ਇੱਕ ਦਾਲ ਫੁਲਕਾ ਹੀ ਜ਼ਰੂਰੀ ਆ ਜੇ ਵੇਖਿਆ ਜਾਵੇ ਤਾਂ, ਬਟ ਜਿੱਥੇ ਆਪਣੇ ਕਿਸਾਨ ਭਰਾ ਜਿਹੜੇ ਅੰਨਦਾਤਾ ਆ ਉਹ ਆਏ ਹੋਏ ਆ, ਹੈ ਨਾ, ਜਿੱਥੇ ਪੀਜ਼ਿਆਂ ਦੇ ਲੰਗਰ ਲੱਗ ਰਹੇ ਆ, ਜਿੱਥੇ ਡਰਾਈ ਫਰੂਟਾਂ ਦੇ ਲੰਗਰ ਲੱਗ ਰਹੇ ਆ, ਫਿਰ ਆਪਾਂ ਸੋਚਿਆ ਵੀ ਆਪਾਂ ਕੌਫੀ ਦਾ ਲੰਗਰ ਵੀ ਲਾਈਏ ਇੱਥੇ। ਜੀ ਮੋਦੀ ਸਰਕਾਰ ਹੈ ਜਿਹੜੀ ਕਾਲੇ ਕਾਨੂੰਨ ਰੱਦ ਨਹੀਂ ਕਰ ਰਹੀ, ਕੀ ਲੱਗਦਾ ਵੀ ਵਾਰ ਵਾਰ ਮੀਟਿੰਗ ਆਉਣੇ ਨੇ, ਕੀ ਕਰਨ ਲੱਗਦਾ ਵੀ ਕਰਨਗੇ ਕਿ ਵਾਰ? ਦੇਖੋ ਕਰਨਾ ਹੀ ਪਊਗਾ ਜੀ, ਕਰਨਾ ਹੀ ਪਊਗਾ, ਕਿਉਂ ਨਾ ਰੱਦ ਕਰਨਗੇ, ਅਸੀਂ ਡਟੇ ਹੋਏ ਹਾਂ, ਅਸੀਂ ਇਹ ਕਾਨੂੰਨ ਜਿਹੜੇ ਇਹ ਵਾਪਸ ਕਰਾ ਕੇ ਜਾਵਾਂਗੇ, ਅਸੀਂ ਇੱਥੇ ਬੈਠੇ ਹਾਂ, ਅਸੀਂ ਐਂ ਨਹੀਂ ਜਾਵਾਂਗੇ। ਹੋਰ ਵੀ ਗੱਲਬਾਤ ਕਰ ਲਾਂਗੇ, ਸਾਡੇ ਨਾਲ ਮੌਜੂਦ ਨੇ ਵੀ ਜੀ, ਤੁਹਾਡੇ ਵੱਲੋਂ ਕਿਸਾਨ ਲਈ ਕੇਂਦਰ ਜਿਹੜਾ ਖੋਲ੍ਹਿਆ ਗਿਆ, ਜਾਣੀ ਕਿ ਰਾਇਸ਼ ਕੇਂਦਰ ਖੋਲ੍ਹਿਆ ਗਿਆ, ਕੌਫੀ ਦੇ ਵੀ ਲੰਗਰ ਲਗਾਏ ਨੇ, ਕਿਵੇਂ ਦੇਖੋ? ਬਈ ਜੀ ਇਹ ਜੋ ਆਪਾਂ ਉਪਰਾਲਾ ਕੀਤਾ ਪਿਛਲੇ ਲਗਭਗ 35 ਦਿਨਾਂ ਤੋਂ ਅਸੀਂ ਸੰਘਰਸ਼ ਵਿੱਚ ਸ਼ਾਮਿਲ ਹਾਂ ਜੀ, ਨੌਜਵਾਨ ਸਾਡੀ ਇੱਕ ਕਿਸਾਨ ਸਹਾਇਤਾ ਕੇਂਦਰ ਵੱਲੋਂ ਉਪਰਾਲਾ ਕਰਿਆ ਜੀ। ਬੇਸਿਕ ਸਾਡਾ ਜੋ ਮੁੱਦਾ ਸੀਗਾ ਇਸ ਚੀਜ਼ ਨੂੰ ਸ਼ੁਰੂ ਕਰਨ ਦਾ ਵੀ, ਅਸੀਂ ਇੱਥੇ ਜਦੋਂ ਘੁੰਮੇ ਹਫ਼ਤਾ ਪਹਿਲਾਂ ਵੀ ਜੋ ਸਾਨੂੰ ਇੱਥੇ ਨੈਸੈਸਿਟੀ ਲੱਗੀ, ਜੋ ਬਜ਼ੁਰਗ ਕਿਸਾਨ ਸਾਡੇ ਇੱਥੇ ਪਹੁੰਚੇ ਇਸ ਧਰਨੇ ਨੂੰ ਸੇਧ ਦਿੱਤੀ ਇਸ ਮੋਦੀ ਸਰਕਾਰ ਦਾ ਹੰਕਾਰ ਤੋੜਨ ਵਾਸਤੇ, ਵੀ ਸਭ ਤੋਂ ਪਹਿਲਾਂ ਸਾਡੀ ਸਿਹਤ ਜ਼ਰੂਰੀ ਹੈ, ਸਿਹਤ ਵਾਸਤੇ ਬੇਸਿਕ ਮੈਡੀਸਨ ਅਸੀਂ ਰੱਖੀਆਂ ਨਾਲ ਨਾਲ, ਉਸ ਦੇ ਨਾਲ ਨਾਲ ਜੋ ਵੀ ਜ਼ਰੂਰੀ ਚੀਜ਼ਾਂ ਸੀ, ਜੋ ਵੀ ਜ਼ਰੂਰੀ ਵਸਤਾਂ ਸੀਗੀਆਂ, ਹਰ ਤਰ੍ਹਾਂ ਦੀ ਅਸੀਂ ਚੀਜ਼ ਮੁਹੱਈਆ ਕਰਾ ਕੇ ਦਿੰਦੇ ਹਾਂ। ਜੇ ਸਾਡੇ ਕੋਲੋਂ ਚੀਜ਼ ਨਹੀਂ ਵੀ ਹੁੰਦੀ ਅਸੀਂ ਉਹਨਾਂ ਦਾ ਨੰਬਰ ਅਤੇ ਐਡਰੈਸ ਲਿਖ ਕੇ ਰੱਖ ਲੈਂਦੇ ਹਾਂ, ਅਤੇ 10 ਘੰਟਿਆਂ ਦੇ ਵਿੱਚ ਉਹਨਾਂ ਨੂੰ ਅਸੀਂ ਮੁਹੱਈਆ ਕਰਵਾ ਕੇ ਦਿੰਦੇ ਹਾਂ। ਹੁਣ ਜਦੋਂ ਅਸੀਂ ਵੇਖਿਆ ਕਿਸਾਨ ਵੱਡੀ ਗਿਣਤੀ ਵਿੱਚ ਨਿਕਲ ਕੇ ਆ ਰਹੇ ਆ ਤਾਂ ਰਹਿਣ ਦੀ ਵਿਵਸਥਾ ਦੀ ਕਮੀ ਬਹੁਤ ਵੱਡੇ ਪੱਧਰ 'ਤੇ ਆ ਰਹੀ ਹੈ। ਉਹਦੇ ਨਾਲ ਅਸੀਂ 500 ਦਾ ਰਹਿਣ ਬਸੇਰਾ ਅਸੀਂ ਪਿੱਛੇ ਨਾਮ ਵੀ ਦੇਖਿਆ ਹੋਊਗਾ ਕਿਸਾਨ ਰਹਿਣ ਬਸੇਰਾ ਬਣਾਇਆ, 500 ਬੰਦਿਆਂ ਦੀ ਵਿਵਸਥਾ ਕਰੀ ਹੈ ਲੇਡੀਜ਼ ਵਾਸਤੇ ਖਾਸ ਕਰਕੇ। ਗੱਲ ਕਰੀਏ ਤਾਂ ਤੁਹਾਡੇ ਵੱਲੋਂ ਜਿਹੜੇ ਕੈਂਪ ਲਗਾਏ ਗਏ ਨੇ ਇਸ ਵਿੱਚ ਤੁਹਾਨੂੰ ਲਿਖਿਆ ਵੀ 24 ਘੰਟੇ ਸਰਵਿਸ ਸੇਵਾ ਦੇ ਵਿੱਚ ਹਾਜ਼ਰ ਅੱਗੇ, ਜੇਕਰ ਕੋਈ ਪ੍ਰੋਬਲਮ ਆਉਂਦੀ ਹੈ ਕਿਸਾਨ ਨੂੰ ਤਾਂ ਗੱਡੀ ਦੀ ਵੀ ਉਪਲਬਧੀ ਹੈ? ਬਿਲਕੁਲ ਬਾਈ ਜੀ, ਗੱਡੀ ਵੀ ਸਾਹਮਣੇ ਖੜੀ ਆ, ਉਹ ਦੇਖ ਸਕਦੇ ਹੋ ਫਲੈਕਸ ਲੱਗਿਆ ਗੱਡੀ ਦੀ, ਜੇ ਹੋਸਪਿਟਲ ਕਿਸੇ ਨੇ ਜਾਣਾ, ਕਿਸੇ ਤਰ੍ਹਾਂ ਦੀ ਕੋਈ ਵੀ ਸੇਵਾ ਅਸੀਂ ਕਰ ਸਕਦੇ ਹਾਂ। ਸਾਨੂੰ ਇਸ ਤਰ੍ਹਾਂ ਦਾ ਇੱਕ ਖੁਸ਼ੀ ਹੁੰਦੀ ਹੈ ਵੀ ਸਾਡੇ ਕਿਸਾਨਾਂ ਨੇ ਇੱਕ ਅੰਦੋਲਨ ਛੇੜਿਆ, ਸੇਧ ਦਿੱਤੀ ਇਸ ਅੰਦੋਲਨ ਨੂੰ, ਅਤੇ ਸਾਡਾ ਵੀ ਫਰਜ਼ ਬਣਦਾ ਵੀ ਅਸੀਂ ਵੀ ਆਪਣਾ ਜਿੰਨਾ ਹੋ ਸਕਦਾ ਯੋਗਦਾਨ ਪਾਈਏ, ਅਤੇ ਇਸ ਮਾਈਕ ਦੇ ਰਾਹੀਂ ਹਿੰਦੁਸਤਾਨ ਦੇ ਹਰ ਨੌਜਵਾਨ ਨੂੰ ਅਪੀਲ ਕਰਨਾ ਚਾਹੁੰਦਾ ਵੀ ਆਪਣਾ ਯੋਗਦਾਨ ਪਾਉਣ ਇਸ ਅੰਦੋਲਨ ਵਿੱਚ ਜ਼ਰੂਰ ਪਹੁੰਚੋ। ਭਾਈ ਜੀ, ਰਹਿਣ ਬਸੇਰੇ ਦੀ ਗੱਲ ਕਰੀਏ, ਤੁਹਾਨੂੰ ਕਿੱਦਾਂ ਪਤਾ ਲੱਗਿਆ ਵੀ ਇੱਥੇ ਲੋੜ ਹੈ ਵੀ ਰਹਿਣ ਬਸੇਰਾ ਬਣਾਉਣ ਦੀ, ਵੀ ਕਿਸਾਨਾਂ ਨੂੰ ਬੜੀ ਪ੍ਰੋਬਲਮ ਆ ਰਹੀ ਹੈ, ਜੋ ਬਾਹਰੋਂ ਆਉਂਦੇ ਨੇ ਉਹਨਾਂ ਨੂੰ ਬੜੀ ਪ੍ਰੋਬਲਮ ਆ ਰਹੀ? ਬਾਈ ਜੀ, ਅਸੀਂ ਤੁਹਾਨੂੰ ਪਹਿਲ ਦੇ ਆਧਾਰ 'ਤੇ ਦੱਸਿਆ ਵੀ ਅਸੀਂ ਪਿਛਲੇ ਕਾਫੀ ਲੰਮੇ ਸਮੇਂ ਤੋਂ ਇੱਥੇ ਪਹੁੰਚੇ ਹੋਏ ਹਾਂ, ਅਤੇ ਇੱਥੇ ਅਸੀਂ ਜੱਜ ਕਰਿਆ ਰਹਿ ਕੇ ਲੋਕਾਂ ਨੂੰ ਜਿਵੇਂ ਆਉਂਦੇ ਆ ਜੀ, ਇੱਥੇ ਕੋਈ ਸਾਡੇ ਕੋਲ ਆ ਕੇ ਕੰਬਲ ਮੰਗਦਾ, ਕੋਈ ਰਜਾਈ ਮੰਗਦਾ, ਕੋਈ ਆਪਣਾ ਗੱਦਾ ਮੰਗਦਾ, ਪਰ ਅਸੀਂ ਪਹਿਲ ਦੇ ਆਧਾਰ 'ਤੇ ਸੋਚਿਆ ਵੀ ਅਸੀਂ ਰਹਿਣ ਬਸੇਰਾ ਹੀ ਬਣਾਈਏ, ਵੀ ਸਮਾਨ ਖਰਾਬ ਨਾ ਆਵੇ, ਜੋ ਵੀ ਆਪਣਾ ਬੰਦਾ ਵੀ ਆਪਣਾ ਕੰਟਰੀਬਿਊਟ ਕਰਨਾ ਚਾਹੁੰਦਾ ਵੀ ਆਪਣਾ ਪੈਸਾ ਖਰਚਦਾ ਵੀ ਆਪਣਾ ਕੋਈ ਕੰਟਰੀਬਿਊਸ਼ਨ 'ਤੇ, ਉਹਦਾ ਵੀ ਉਹ ਪੈਸਾ ਖਰਾਬ ਨਾ ਜਾਵੇ, ਅਤੇ ਉਹਨੂੰ ਅਸੀਂ ਵੀ ਇੱਕ ਪ੍ਰੋਪਰ ਚੈਨਲ ਦਿੱਤਾ, ਉਹਨੂੰ ਚੈਨਲਾਈਜ਼ ਕਰਕੇ। ਗੱਲ ਕਰੀਏ, ਠੰਡ ਬਹੁਤ ਵੱਧ ਰਹੀ ਹੈ, ਬਾਰਿਸ਼ ਵੀ ਹੋ ਰਹੀ ਹੈ ਲਗਾਤਾਰ, ਹੁਣ ਸਵੇਰ ਤੋਂ ਬਾਰਿਸ਼ ਹੋਈ ਹੈ,
कितने कितने किसान है जो सड़कों पर बैठे है। सरकार को चाहिए नहीं कि जल्द तो जल्द बिल रद्द करे तो किसान घर में जाए। जी बिल्कुल चाहिए कि हमें सरकार बिल्कुल ही इन्नी हुई बैठी है, बोली हुई बैठी है। बुजुर्ग किसान 80-90 साल इन्हों की उम्र है, बुजुर्ग औरतों ने बच्च जी करोना की महामारी चल रही है, फिर भी बुजुर्ग किसान अपने जान तली तो धर के सरकार को सब सिखाने वास्ते आया, अपनी होंद को बचाने वास्ते आया। जेकर साड़ी होंद ही ना रही साढ़े पदे की रहूगा। नौजवानी भी बड़े पद्धर से बढ़ चढ़ के संघर्ष के हिस्सा ले रहे, कितने ना कितने लोगों वालों नौजवानों नशीड़ी किया जाता है पंजाब के, पर अब इन्होंने दसता नौजवानों ने भी नौजवान वीड्डी पद्धर से संघर्ष के साथ दे। जो बई जी अपने उत्ते एक टैग लगे हुआ सी जो पंजाब में एक उड़ता पंजाब के नाम से पिक्चर भी बनी थी, उसनों धो के रखता पंजाब के नौजवानों ने अपनी होंद को बचाने वास्ते, अपना एक आइडेंटिटी साड़ी जो होंद सी वो क्लीयर करता भी जो पंजाब के नौजवान है बहुत जोशीले नौजवान है, नेक नौजवान है, मेहनती नौजवान है। कोई जिहड़ा नशियां दा साडे ते तब्बा लग्या सी वो उतारता भी असी जो पंजाब के नौजवान है हमेशा अपना हक लेना जानते हैं, ना असी इहदा कदे हक छड्डिया ना ही किसी का हक मारिया। तो इस मोदी सरकार नूं असी कहना चाहुंदे हां, चुनौती देना चाहुंदे हां, ये पंजाब तो पूरे हिंदुस्तान के भारत भर के सूबे चो निकल के नौजवान आए अपना हक लैके जाएंगे, उदों तक पिछे नहीं हटणगे। तो साढ़े बुजुर्ग किसान भी साढ़े नाल हिक जान के खड़े है, तो असी उन्होंने सल्यूट करते हैं, उन्होंने जो योगदान है जो कॉन्ट्रीब्यूशन है उन्होंने तह दिल तो सलाम करते हैं। तो मोदी सरकार को अपील करते हैं भी जल्द तो जल्द ये जो काले कानून रद्द किए जाने, किसानों की झोली में जो बनता हक उन्हों का पाया जाए। बिल्कुल तो तस्वीर हम रैन बसेरी दिखावे जिते नौजवानों वालों व्डे पद्धर से इन्होंने लग्या भी रैन बसेरी की बहुत लड़ है, उसकी तस्वीर ने उन्होंने दिखा के दसागे भी इतने रह सकते हो, किसी तरह की कोई प्रॉब्लम नहीं। रैन बसेरा 500 बैड का तैयार किया गया, नौजवान व्डा उपराला उन्होंने तस्वीर ने जीडिया असी रैन बसेरे दूँ दिखावे, जोड़ा रैन बसेरा बनया उस तस्वीर लैके चलेंगे भी किस तरीके का बनया है। मेडिकल वाला दिखा देंगे ये तस्वीर ने जी रैन बसेरी तुम्हें लैके चलते हैं कि किस तरीके जरा इन्हों वालों रैन बसेरा वो तैयार किया गया, तुम तस्वीर के दिखावे जिते लगातार तुम तस्वीर दिखा रहे हैं। ये नौजवानों वालों व्डा उपराला किया गया, रैन बसेरा बनाया गया जिते किसी भी तरह की कोई प्रॉब्लम ना आए, जोड़े रहने वाले ने उन्होंने रहने लिए रैन बसेरा तैयार किया गया। तस्वीर ने अलग अलग जोड़े व्डे हॉल बने हुए उन्होंने नौजवानों वालों जोड़े बाहरों जा पंजाब तो आते इन्हों रहन की बड़ी प्रॉब्लम आ रही थी कितों भी आ रहा है, इसलिए व्डा उपराला यह नौजवानों का जोड़ा इन्होंने किया गया रैन बसेरे लैके। प्रैम के लिए टिकरी बार्डर तो गगनदीप सिंह।